देखो मेरी कल की गल नहीं, मैं कल ने घर होना चाहता थी। साढ़े उरे छोटे छोटे बच्चे आ रहे हैं, साढ़े सत्कारयोग बजुर्ग आ रहे हैं, साढ़े नौजवान भीर आ रहे हैं, जिहड़े दिन रात धरनियां दे विच डटे हुए। वो किहड़ा इंसान आ जिहड़ा कहे भी मैं घर तो दूर रहा। जी करदा भी घरें बैठीए, बच्चों नूं समां देईए, बच्चों नाल हसीए खेडीए, पर माड़ी सरकार दीआं सोचां दे मुताबक जे अज घरें असीं बैठे रहे, आने वाले समय से असी घरें बैठनों भी जावे, साढ़े सिर ते छत्ते नहीं रहनी जिहड़े हालात सरकार ने पैदा किए ने। सियासी पार्टियां किसी का साथ नहीं दे सकदियां, सियासी रोटियां सेक दियां ने, साढ़े नाल तो उन्हां दा तालमेल ही नहीं है। पर मोर्चा फतेह करांगे, घरें तां फिर ही बढ़ांगे। इस बिल के विरोध में जिथे अज सूबे भर में चक्का जाम किया जा रहा, वख वख जथेबंदियों वालों रोस प्रदर्शन किया जाना, उत्थे नाभा दी तस्वीर दिखा रहे हैं। नाभा रेलवे ट्रैक आ, भावें कि हुण बिल्कुल खाली आ, इक्का दुक्का ही जिहड़े किसान इत्थे बैठे ने। दूजे तस्वीर विखा रहे हैं तुहानू, कुछ किसान जिहड़े आगू ने इत्थे सवेर दे लंगर विच ने, लंगर खा रहे ने। इत्थे खालसा एड भी पहुंची आ, खालसा एड वालों जिहड़ा हैगा इत्थे लगातार किसानां नूं फल फ्रूट होर मदद पहुँचाई जा रही आ। तुसीं तस्वीरां देख रहे हो, किसान आगू जिथे इन्हां नूं घरे बैठ के लंगर छकना चाहिए, रोटी खानी चाहिए, वह अज सड़कां ते रोण लई मजबूर ने। ते किसानां नाल गल करांगे, जिहड़ा हैगा ਤੁਸੀਂ ਇਸ ਟਾਈਮ ਸ਼ਾਇਦ ਘਰ ਹੋਣਾ ਸੀ, ਕਿਹਦੇ ਨਲਾਇਕੀ ਕਰਕੇ ਤੁਸੀਂ ਇੱਥੇ ਸੜਕਾਂ 'ਤੇ ਰੁਲਣਾ ਪੈ ਰਿਹਾ, ਤੁਸੀਂ ਕਿਹਨੇ ਜ਼ਿੰਮੇਵਾਰ ਮੰਨੋ? ਜਿਹੜਾ ਇੱਥੇ ਸਾਨੂੰ ਸੜਕਾਂ ਦੇ ਅਤੇ ਰੇਲਵੇ ਟਰੈਕਾਂ 'ਤੇ ਰੁਲਣਾ ਪੈਂਦਾ ਦਿਨ ਭਰ ਰਾਤ। ਜਿਹੜੀ ਸੈਂਟਰ ਸਰਕਾਰ ਆ, ਮੋਦੀ ਸਰਕਾਰ, ਇਹਨੇ ਜੇ 3 ਆਰਡੀਨੈਂਸ ਪਾਸ ਕੀਤੇ ਨੇ, ਕਿਸਾਨ ਮਾਰੂ ਅਤੇ ਇਸ ਦੇ ਵਿੱਚ ਸਾਰਾ ਵਰਗ ਪ੍ਰਭਾਵਿਤ ਹੋ ਰਿਹਾ, ਉਹ ਜਿਹੜੇ ਪਾਸ ਕੀਤੇ ਨੇ ਉਹਨਾਂ ਨੂੰ ਰੱਦ ਕਰਾਉਣ ਵਾਸਤੇ ਅਸੀਂ ਦਿਨ ਭਰ ਰਾਤ ਰੇਲਵੇ ਟਰੈਕ 'ਤੇ ਬੈਠੇ ਹਾਂ। ਅੱਜ ਪੂਰੇ ਪੰਜਾਬ ਦੇ ਵਿੱਚ 31 ਜਥੇਬੰਦੀਆਂ ਵੱਲੋਂ ਬੰਦ ਦਾ ਸੱਦਾ ਦਿੱਤਾ ਗਿਆ, ਅਤੇ ਆਪਣਾ ਪਟਿਆਲਾ ਜ਼ਿਲ੍ਹੇ ਦੇ ਵਿੱਚ 4 ਜਗ੍ਹਾ 'ਤੇ ਇਹ ਧਰਨਾ ਦਿੱਤੇ ਜਾ ਰਹੇ ਨੇ। ਨਾਭੇ ਵਿੱਚ ਰੇਲ ਟਰੈਕ ਦੇ ਉੱਪਰ ਬੈਠੇ ਹਾਂ ਆਪਾਂ। ਸਵੇਰ ਦਾ ਖਾਣਾ ਜੋ ਕਿ ਇੱਧਰ ਇਹਨਾਂ ਨੇ ਸੇਵਾ ਕੀਤੀ, ਕਾਰ ਸੇਵਾ ਵਾਲੇ ਬਾਬਿਆਂ ਨੇ ਹੱਥਾਂ 'ਚ ਫੜ ਕੇ ਭੁੱਖਣ ਪਾਣੇ, ਯਾਨੀ ਕਿ ਜੋ ਭੁੱਖਿਆਂ ਨੂੰ ਖਾਣਾ ਦਿੱਤਾ ਇਹਨਾਂ ਲਿਆ ਕੇ ਸਵੇਰੇ ਸਵੇਰੇ, ਇਹਨਾਂ ਦਾ ਬਹੁਤ ਧੰਨਵਾਦ। ਕਿਉਂਕਿ ਇਹ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਨਹੀਂ ਕਿੰਨਾ ਲੰਬਾ ਸਫ਼ਰ ਚੱਲੇ, ਕਿੰਨੇ ਕੁ ਇੱਥੇ ਕਾਰ ਸੇਵਾ ਵਾਲੇ ਜਾਂ ਫਾਸਟ ਏਡ ਵਾਲੇ ਖਾਲਸਾ ਏਡ ਵਾਲੇ ਪਤਾ ਨਹੀਂ ਕਿੰਨੇ ਕਿੱਥੇ ਆਉਣਗੇ ਜੁੜਨਗੇ, ਜੋ ਕਿ ਇਹ ਜਿਹੜਾ ਆਪਣਾ ਪ੍ਰੋਸੈਸ ਚੱਲ ਰਿਹਾ ਇਹ ਅਸੀਂ ਦਿਨ ਭਰ ਰਾਤ ਇਹਨੂੰ ਵੱਧ ਤੋਂ ਵੱਧ ਚਲਾਵਾਂਗੇ। ਇਹਦੇ ਵਿੱਚ ਵੱਡੀ ਪੱਧਰ ਦੇ ਵਿੱਚ ਨੌਜਵਾਨ ਵੀਰ ਅਤੇ ਮਾਤਾ ਭੈਣਾਂ ਪਹੁੰਚ ਰਹੀਆਂ ਹਨ। ਇਸ ਕਰਕੇ ਅਸੀਂ ਮੋਦੀ ਸਰਕਾਰ ਦੀ ਧੌਣ 'ਤੇ ਗੋਡਾ ਰੱਖ ਕੇ 3 ਆਰਡੀਨੈਂਸ ਜਿੰਨਾ ਚਿਰ ਰੱਦ ਨਹੀਂ ਹੁੰਦੇ ਉਨਾ ਚਿਰ ਅਸੀਂ ਘਰਾਂ 'ਚ ਨਹੀਂ ਜਾਵਾਂਗੇ, ਸਿਰਾਂ ਦੇ ਕੱਫਣ ਬੰਨ੍ਹ ਕੇ ਆਏ ਹਾਂ, ਚਾਹੇ ਸਾਨੂੰ ਰੇਲ ਦੀ ਟਰੈਕ ਦੇ ਉੱਤੇ ਆਪਦਾ ਸਿਰ ਵੀ ਰੱਖਣਾ ਪੈ ਜਾਵੇ ਉਹ ਰੱਖਾਂਗੇ ਜੀ। ਤੁਸੀਂ ਤਸਵੀਰਾਂ ਦੇਖ ਸਕਦੇ ਹੋ, ਲੰਗਰ ਵਰਤਾਇਆ ਜਾ ਰਿਹਾ, ਜਿੱਥੇ ਲੱਸੀ ਦਾ ਲੰਗਰ ਇੱਥੇ ਵਰਤਾਇਆ ਜਾ, ਉੱਥੇ ਪ੍ਰਸ਼ਾਦੇ ਵੀ ਨੇ, ਪ੍ਰਸ਼ਾਦਿਆਂ ਦੇ ਨਾਲ ਅਚਾਰ ਆਗਾ। ਤਸਵੀਰਾਂ ਤੁਸੀਂ ਦੇਖ ਰਹੇ ਹੋ ਨਾਭੇ ਦੀਆਂ। ਦੂਜੇ ਪਾਸੇ ਕਿਸਾਨ ਆਗੂ ਖਾਣਾ ਖਾ ਰਹੇ ਨੇ, ਚਾਹ ਵੀ ਪੀ ਰਹੇ ਨੇ ਨਾਲ, ਅਤੇ ਕਿਸਾਨ ਆਗੂ ਨਾਲ ਗੱਲ ਕਰਦੇ ਹਾਂ। ਤੁਸੀਂ ਜਿਹੜਾ ਹੁਣ ਇੱਥੇ ਹੁਣ ਲੰਗਰ ਛੱਕ ਰਹੇ ਹੋ, ਤੁਹਾਨੂੰ ਘਰ ਹੋਣਾ ਚਾਹੀਦਾ ਸੀ, ਇਹ ਕਿਹਦੀਆਂ ਸਰਕਾਰ ਦੀਆਂ ਨਲਾਇਕੀਆਂ ਕਰਕੇ ਤੁਹਾਨੂੰ ਸੜਕਾਂ 'ਤੇ ਰੁਲਣਾ ਪੈ ਰਿਹਾ? ਦੇਖੋ ਮੇਰੀ ਕੱਲੇ ਦੀ ਗੱਲ ਨਹੀਂ, ਮੈਂ ਕੱਲੇ ਨੇ ਘਰ ਹੋਣਾ ਚਾਹੀਦਾ ਸੀ। ਸਾਡੇ ਉਰੇ ਛੋਟੇ ਛੋਟੇ ਬੱਚੇ ਆ ਰਹੇ ਨੇ, ਸਾਡੇ ਸਤਿਕਾਰਯੋਗ ਬਜ਼ੁਰਗ ਆ ਰਹੇ ਨੇ, ਸਾਡੇ ਨੌਜਵਾਨ ਵੀਰ ਆ ਰਹੇ ਨੇ, ਜਿਹੜੇ ਦਿਨ ਰਾਤ ਧਰਨਿਆਂ ਦੇ ਵਿੱਚ ਡਟੇ ਹੋਏ। ਉਹ ਕਿਹੜਾ ਇਨਸਾਨ ਆ ਜਿਹੜਾ ਕਹੇ ਵੀ ਮੈਂ ਘਰ ਤੋਂ ਦੂਰ ਰਹਾਂ? ਅੱਜ ਸਾਨੂੰ ਤਕਰੀਬਨ 15 ਤਰੀਕ ਤੋਂ ਅਸੀਂ ਇਸ ਮੋਰਚਿਆਂ ਦੇ ਵਿੱਚ ਨਿਕਲੇ ਹੋਏ ਹਾਂ। ਵੈਸੇ ਤਾਂ ਅਸੀਂ ਪਹਿਲਾਂ ਤੋਂ ਹੀ ਚੱਲ ਰਹੇ ਹਾਂ, ਕਿਉਂਕਿ ਪਹਿਲਾਂ ਪਿੰਡ ਪੱਧਰੇ 5 ਦਿਨ ਦੇ ਮੋਰਚੇ ਲਾਏ, ਉਸ ਤੋਂ ਬਾਅਦ ਫਿਰ ਪ੍ਰਚਾਰ ਲੈ ਕੇ ਗਏ ਸ਼ਹਿਰਾਂ ਪਿੰਡਾਂ ਦੇ ਵਿੱਚ ਕਿ 15 ਤਰੀਕ ਤੋਂ ਮੋਰਚਾ ਲੱਗਣਾ, 15 ਵਾਲੇ ਮੋਰਚੇ ਤੋਂ ਬਾਅਦ ਇੱਥੇ 24 ਤਰੀਕ ਤੋਂ ਟ੍ਰੇਨਾਂ 'ਤੇ ਲਾ ਲਿਆ, 22 ਤਰੀਕ ਤੋਂ ਬਾਅਦ ਮੋਰਚਾ। ਅਤੇ ਜੀ ਕਰਦਾ ਵੀ ਘਰੇ ਬੈਠੀਏ, ਬੱਚਿਆਂ ਨੂੰ ਸਮਾਂ ਦੇਈਏ, ਬੱਚਿਆਂ ਨਾਲ ਹੱਸੀਏ ਖੇਡੀਏ, ਪਰ ਮਾੜੀ ਸਰਕਾਰ ਦੀਆਂ ਸੋਚਾਂ ਦੇ ਮੁਤਾਬਕ ਜੇ ਅੱਜ ਘਰੇ ਅਸੀਂ ਬੈਠੇ ਰਹੇ, ਆਉਣ ਵਾਲੇ ਸਮੇਂ 'ਚ ਅਸੀਂ ਘਰੇ ਬੈਠਣੋਂ ਵੀ ਜਾਵਾਂਗੇ, ਸਾਡੇ ਸਿਰ 'ਤੇ ਛੱਤੇ ਨਹੀਂ ਰਹਿਣੀ ਜਿਹੜੇ ਹਾਲਾਤ ਸਰਕਾਰ ਨੇ ਪੈਦਾ ਕੀਤੇ ਨੇ। ਕਿਉਂਕਿ ਜਿਹੜੇ ਆਰਡੀਨੈਂਸ ਲੈ ਕੇ ਆਈ ਆ ਸਰਕਾਰ, ਉਹ ਅਜਿਹੇ ਨੇ ਕਿ ਦਿਹਾੜੀਆਂ ਕਰਨ ਤੋਂ ਵੀ ਅਸੀਂ ਤਾਂ
ਖਤਮ ਹੋ ਜਾਣਾ, ਰੁਜ਼ਗਾਰ ਮਿਲਣਾ ਨਹੀਂ। ਜਿਹੜੀ ਇਹਦੀ ਸੋਚ ਹੈ, ਵੱਡਾ ਹਿੱਸਾ ਇਹਨਾਂ ਨੇ ਕਾਰਪੋਰੇਟ ਘਰਾਣਿਆਂ ਨੂੰ ਜ਼ਮੀਨਾਂ ਦਾ ਵੀ ਸੌਂਪਣਾ, ਅਨਾਜ ਵੀ ਉਹਨਾਂ ਦਾ ਕਾਰਪੋਰੇਟਾਂ ਨੇ ਖਰੀਦਣਾ। ਅਤੇ ਸਾਡੇ ਆ ਲੋਕ ਆ ਜਿਹੜੇ ਸਾਡੇ ਸਤਿਕਾਰਯੋਗ ਕਾਰਸੇਵਾ ਵਾਲੇ ਬਾਬੇ ਲੰਗਰ ਦੀ ਸੇਵਾ ਕਰ ਰਹੇ ਨੇ, ਜਿੰਨੇ ਨੌਜਵਾਨ ਆਉਂਦੇ ਨੇ ਇਹਨਾਂ ਨੂੰ ਮਜ਼ਦੂਰ ਬਣਾ ਕੇ ਸ਼ਹਿਰਾਂ 'ਚੋਂ ਕਾਰਪੋਰੇਟ ਘਰਾਂ ਦੇ ਦਿਹਾੜੀਆਂ ਕਰਨ ਲਈ ਮਜਬੂਰ ਕਰਨ ਵਾਸਤੇ ਸਰਕਾਰਾਂ ਗੱਲਾਂ ਸੋਚ ਰਹੀ ਹੈ। ਪਰ ਘਰੇ ਤਾਂ ਅਸੀਂ ਉਨਾ ਚਿਰ ਨਹੀਂ ਵੜਦੇ। ਹੁਣ ਇਹ ਸੰਘਰਸ਼ ਚੱਕਿਆ, ਵੱਡੀ ਆਸ ਲੋਕਾਂ ਨੇ ਸਾਡੇ ਤੋਂ ਰੱਖੀ ਹੈ ਜਥੇਬੰਦੀ ਤੋਂ, ਉਨਾ ਟਾਈਮ ਅਸੀਂ ਘਰਾਂ 'ਚ ਨਹੀਂ ਵੜਦੇ ਜਿੰਨਾ ਟਾਈਮ ਅਸੀਂ ਕੋਈ ਇਹਦਾ ਹੱਲ ਨਹੀਂ ਕਰਾ ਸਕਦੇ, ਆਰਡੀਨੈਂਸਾਂ ਦਾ ਰੱਦ ਨਹੀਂ ਕਰਾ ਸਕਦੇ, ਕਿਉਂਕਿ ਵੱਡੀ ਜ਼ਿਲ੍ਹਾ ਪੱਧਰ 'ਤੇ ਜ਼ਿੰਮੇਵਾਰੀ ਜਥੇਬੰਦੀ ਨੇ ਸੌਂਪੀ ਹੈ। ਸੂਬਾ ਕਮੇਟੀ ਸਾਡੀ ਸਾਰੀ ਘਰਾਂ 'ਚੋਂ ਨਿਕਲੀ ਹੋਈ ਹੈ, ਸਾਰੇ ਆਗੂ ਸਾਡੇ ਸੂਬੇ ਦੇ ਪ੍ਰਧਾਨ 75 ਸਾਲ ਦੀ ਉਮਰ ਦੇ ਨੇ, ਉਹ ਨਹੀਂ ਘਰੇ ਬਹਿੰਦੇ ਟੇਕ ਕੇ, ਕਿਉਂਕਿ ਦਿਨ ਪਰ ਦਿਨ ਸਾਡੇ ਇੱਕ ਉੱਤੇ ਬੜਾ ਵਜਨ ਵੱਧਦਾ ਜਾ ਰਿਹਾ। ਲੋਕਾਂ ਦੇ ਰੋਹ ਨੂੰ ਦੇਖਣਾ, ਇਹਨਾਂ ਨੂੰ ਸਾਹਮਣਾ, ਕਿਹੜੇ ਤਰੀਕੇ ਨਾਲ ਅਸੀਂ ਇਹ ਸੰਘਰਸ਼ ਨੂੰ ਅੱਗੇ ਲੈ ਕੇ ਜਾਣਾ, ਕਿਵੇਂ ਇਹਨੂੰ ਜਿੱਤ ਵਾਲੇ ਪਾਸੇ ਨੂੰ ਲਿਜਾਣਾ। ਵੱਡੀ ਸੂਝਬੂਝ ਦੇ ਨਾਲ ਸਾਡੀ ਸੂਬਾ ਕਮੇਟੀ ਵੀ ਸੋਚ ਰਹੀ ਹੈ, ਉਸੇ ਵਿਚਾਰਧਾਰਾ ਦੇ ਮੁਤਾਬਕ ਅਸੀਂ ਚੱਲ ਰਹੇ ਹਾਂ। ਪਰ ਇਹ ਮੋਰਚਾ ਫਤਿਹ ਕਰਾਂਗੇ, ਘਰੇ ਤਾਂ ਫੇਰ ਹੀ ਵੜਾਂਗੇ। ਜਦੋਂ ਤੁਸੀਂ ਉਤਰੇ ਹੋ ਸੜਕਾਂ 'ਤੇ, ਉਹ ਤੋਂ ਬਾਅਦ ਸਾਰੀ ਸਿਆਸੀ ਪਾਰਟੀਆਂ ਵੀ ਕੁੱਦ ਗਈਆਂ, ਤੁਹਾਨੂੰ ਕੀ ਲੱਗਦਾ ਵੀ ਕਿੰਨਾ ਕੁ ਸਾਥ ਦੇ ਰਹੀਆਂ ਨੇ? ਸਿਆਸੀ ਪਾਰਟੀਆਂ ਕਿਸੇ ਦਾ ਸਾਥ ਨਹੀਂ ਦੇ ਸਕਦੀਆਂ, ਸਿਆਸੀ ਰੋਟੀਆਂ ਸੇਕਦੀਆਂ ਨੇ, ਸਾਡੇ ਨਾਲ ਤਾਂ ਉਹਨਾਂ ਦਾ ਤਾਲਮੇਲ ਹੀ ਨਹੀਂ ਹੈ। ਸਾਨੂੰ ਤਾਂ ਸਿਆਸਤ ਵਾਲਾ ਕੋਈ ਬੰਦਾ ਜੇ ਸਾਡੇ ਜਾ ਕੇ ਬਹਿ ਕੇ ਸਿਆਸਤ ਕਰੇ, ਤਾਂ ਬਾਂਹ ਤੋਂ ਫੜ ਕੇ ਬਾਹਰ ਕੱਢਾਂਗੇ ਵੀ ਸਾਡੇ ਮੋਰਚੇ 'ਚ ਤੇਰਾ ਮਤਲਬ ਕੀ ਹੈ, ਕਿਸਾਨ ਬਣ ਕੇ ਆਉਣਾ ਬਹਿ ਜਾ, ਕਿਉਂਕਿ ਸਾਡਾ 2014 ਦੇ ਵਿੱਚ ਰਾਜਾ ਵੜਿੰਗ ਬਠਿੰਡੇ ਤੋਂ ਸਾਡੇ ਧਰਨੇ ਦੇ ਵਿੱਚ ਆ ਕੇ ਬਹਿ ਗਿਆ, ਲੈ ਕੇ 5-7 ਸਮਰਥਕ ਸਾਡੇ ਸੂਬਾ ਮੀਤ ਪ੍ਰਧਾਨ ਝੰਡਾ ਸਿੰਘ ਜੇਠੂ ਕਹਿੰਦੇ ਸਟੇਜ ਤੋਂ ਬੋਲਿਆ, ਕਹਿੰਦਾ ਜੇ ਤਾਂ ਉੱਠ ਕੇ ਬਾਹਰ ਹੋ ਜਾਣਾ, ਸਾਨੂੰ ਕੱਢਣਾ ਉਹਨੇ। ਸਾਡਾ ਨਾ ਅਕਾਲੀ ਦਲ ਨਾਲ ਹੈ, ਨਾ ਕਾਂਗਰਸ ਨਾਲ ਹੈ, ਨਾ ਸਿਆਸੀ ਪਾਰਟੀ ਹੋਰ ਹੈ, ਚਾਹੇ ਆਮ ਆਦਮੀ ਹੈ, ਸਾਡਾ ਰਾਬਤਾ ਹੀ ਨਹੀਂ ਕਿਸੇ ਨਾਲ। ਅਸੀਂ ਨਾ ਕਿਸੇ ਦਾ ਸਮਰਥਨ ਭਾਲਦੇ, ਨਾ ਕਿਸੇ ਦੀ ਸਟੇਜ 'ਤੇ ਜਾਂਦੇ, ਨਾ ਬੋਲਣ ਦਈਏ, ਇਹਦਾ ਇਹ ਤਾਂ ਸਿਆਸੀ ਰੋਟੀਆਂ ਸੇਕਦੇ ਨੇ। ਜੇ ਸਿਆਸਤ ਦੇ ਵਿੱਚ ਇਹਨਾਂ ਨੇ ਅੱਜ ਆਈਆਂ ਨੇ, ਆ ਜਥੇਬੰਦੀਆਂ ਦੇ ਰੋਹ ਨੂੰ ਦੇਖ ਕੇ ਸੰਘਰਸ਼ ਚੱਲ ਰਹੇ ਨੇ ਲਗਾਤਾਰ, ਤਾਂ ਪਹਿਲਾਂ ਕਿੱਥੇ ਸੁੱਤੇ ਪਏ ਤੇ? ਕੈਪਟਨ ਵੀ ਇੱਥੇ ਦੀ ਬਦਲ ਕੇ ਵੀ ਇੱਥੇ ਦੇ, ਇਹ ਤਾਂ ਰੋਟੀਆਂ ਸੇਕ ਰਹੇ ਨੇ, ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ। ਅੱਜ ਦੀ ਨੌਜਵਾਨੀ ਜੇ ਸਹੀ ਰਸਤੇ 'ਤੇ ਤੁਰੀ, ਉਹਨੂੰ ਦੁਬਾਰੇ ਆਪਣੇ ਕਿ ਨਹੀਂ ਖਿੱਚ ਕੇ ਆਪਦਾ ਹੋਂਦ ਬਚਾਉਣ ਵਾਸਤੇ ਪਿੰਡਾਂ 'ਚ ਆਉਣ ਵਾਸਤੇ ਤਿਆਰ ਕਰ ਰਹੇ ਨੇ। ਅੱਜ ਕਲਾਕਾਰ ਵੀ ਪਹੁੰਚ ਰਹੇ ਨੇ ਸਮਰਥਨ ਲਈ, ਤੁਸੀਂ ਕਿਸ ਤਰ੍ਹਾਂ ਦੇਖਦੇ? ਦੇਖੋ, ਕਲਾਕਾਰ ਪਹੁੰਚ ਰਹੇ ਨੇ ਆਪਦੇ ਤੌਰ 'ਤੇ, ਜਿੱਥੇ ਮਰਜ਼ੀ ਉਹ ਆਪਦਾ ਪ੍ਰੋਗਰਾਮ ਕਰ ਸਕਦੇ ਨੇ, ਪਰ ਸਾਡੇ ਵਿੱਚ ਜਿਵੇਂ ਵੀ ਉਹਨਾਂ ਨੇ ਆਉਣਾ, ਉਹ ਆ ਕੇ ਸਾਡੇ ਵਿੱਚ ਜਿਵੇਂ ਧਰਨੇ 'ਚ ਸਾਡੇ ਕਿਸਾਨ ਬੈਠੇ ਨੇ ਉਵੇਂ ਬੈਠ ਸਕਦੇ ਨੇ। ਬਕਾਇਦਾ ਸਟੇਜ 'ਤੇ ਸਾਡਾ ਜਥੇਬੰਦੀ ਦਾ ਜਾਬਤਾ ਭੰਗ ਨਹੀਂ ਅਸੀਂ ਕਰ ਸਕਦੇ, ਕਿਸੇ ਨੂੰ ਸਮਾਂ ਨਹੀਂ ਦੇ ਸਕਦੇ। ਉਹ ਆ ਕੇ ਕਿਸਾਨਾਂ 'ਚ ਬੈਠਣਾ ਚਾਹੁੰਦੇ, ਜੀ ਸਦਕੇ ਬੈਠਣ, ਕਿਸਾਨਾਂ ਦੇ ਪੁੱਤ ਨੇ, ਧੀ ਨੇ, ਪਰ ਜੇ ਉਹ ਆਪਦਾ ਵੱਖਰਾ ਕਰਨ, ਚੰਗੀ ਗੱਲ ਹੈ, ਕਰਨ, ਆਰਡੀਨੈਂਸਾਂ 'ਤੇ ਲੜਨ, ਕਿਸਾਨਾਂ ਦੇ ਹਿੱਤਾਂ ਦੀ ਗੱਲ ਹੈ, ਸਾਰੇ ਵਰਗ ਦੀ ਗੱਲ ਹੈ, ਸਮੂਹ ਵਰਗ ਦੀ ਗੱਲ ਹੈ, ਕਿਉਂਕਿ ਮਜ਼ਦੂਰ ਵੀ ਖਤਮ ਹੋਣਾ, ਦੁਕਾਨਦਾਰ ਵੀ ਖਤਮ ਹੋਣਾ, ਜਿਹੜੇ ਕਾਲੇ ਕਾਨੂੰਨ ਨੇ ਇਹਦੇ ਉੱਤੇ ਜਿਹੜਾ ਲੜ ਰਿਹਾ, ਚੰਗੀ ਗੱਲ ਹੈ, ਲੜੇ ਆਪਦੇ ਤਰੀਕੇ ਨਾਲ, ਲੜਾਈ ਹੁੰਦੀ ਹੈ। ਜਿਹੜੀ ਜਥੇਬੰਦੀ ਕੋਈ ਆਪਦੇ ਤਰੀਕੇ ਨਾਲ ਲੜਦੀ ਹੈ, ਕੋਈ ਕਲਾਕਾਰ ਆਪਦੇ ਤਰੀਕੇ ਨਾਲ ਲੜਦਾ, ਕੋਈ ਸਿਆਸੀ ਲੜਦੇ ਨੇ, ਲੜੀ ਜਾਣ, ਸਾਨੂੰ ਕੋਈ ਤਕਰਾਰ ਨਹੀਂ। 26 ਤਰੀਕ ਤੁਹਾਡਾ ਕੱਲ੍ਹ ਦਾ ਲਾਸਟ ਧਰਨਾ, ਉਸ ਤੋਂ ਬਾਅਦ ਕੀ ਰਣਨੀਤੀ ਬਣਾਈ ਹੈ? ਉਸ ਤੋਂ ਬਾਅਦ ਜੀ ਜੋ ਸੂਬਾ ਕਮੇਟੀ ਸਾਡੀ ਵਿਚਾਰ ਕਰੂਗੀ, ਉਹਦੇ ਮੁਤਾਬਕ ਹੀ ਜਥੇਬੰਦੀ ਚੱਲਦੀ ਆ। ਜਿਸ ਤਰ੍ਹਾਂ ਵੀ ਹੁਕਮ ਸਾਨੂੰ ਉੱਪਰ ਆਉਂਦਾ, ਉਹ ਹੁਕਮ ਨੂੰ ਅਸੀਂ ਵਜਾਵਾਂਗੇ। ਤੁਹਾਨੂੰ ਕੀ ਲੱਗਦਾ ਵਾਪਸ ਲਊ ਸਰਕਾਰ ਕਿ ਨਹੀਂ? ਇਹਦਾ ਸਰਕਾਰ ਨੂੰ ਵਾਪਸ ਲੈਣੇ ਪੈਣਗੇ ਜੀ, ਕਿਉਂਕਿ ਲੋਕਾਂ ਦਾ ਹੜ ਆ ਗਿਆ। ਨੌਜਵਾਨ ਵੀਰ, ਬੱਚੇ ਬੱਚੇ ਤੋਂ ਲੈ ਕੇ ਸਾਡੀਆਂ ਬੀਬੀਆਂ, ਭੈਣਾਂ, ਔਰਤਾਂ ਸਭ ਇਸ ਧਰਨੇ ਦੇ ਵਿੱਚ ਸ਼ਾਮਲ ਨੇ। ਪਰ ਅੱਜ ਜਿਹੜਾ ਮੋਦੀ ਨੇ ਮਾਹੌਲ ਬਣਾਤਾ, ਆਹ ਰੋਟੀ ਨੂੰ ਥਾਲੀ ਦੇ ਵਿੱਚ ਧਰ ਕੇ ਖਾਂਦੇ ਹੁੰਦੇ ਤੇ, ਅੱਜ ਰੇਲਵੇ ਲਾਈਨ 'ਤੇ ਬੈਠ ਕੇ ਇਹਨਾਂ ਦੀਆਂ ਭੂਖਣੀਆਂ ਬਣਾ ਕੇ ਖਾਂਦੇ ਹਾਂ। ਰੋਟੀ ਖਾਣ ਦਾ ਵੀ ਸਾਨੂੰ ਸਮਾਂ ਨਹੀਂ ਮਿਲ ਰਿਹਾ। ਇਹ ਸਰਕਾਰ ਦੀਆਂ ਜਿਹੜੀਆਂ ਮਾੜੀਆਂ ਨੀਤੀਆਂ ਨੇ, ਨਲਾਇਕੀ ਆ ਸਰਕਾਰ ਦੀ, ਜਿਹੜੀ ਸਾਡੇ ਹੱਥਾਂ 'ਚੋਂ ਥਾਲੀ ਖੋਲ੍ਹੀ, ਅੱਜ ਆ ਰੋਟੀ ਦੇ ਲੱਸੀ ਦਾ ਕੱਪ ਸਾਡੇ ਹੱਥਾਂ 'ਚ ਇਸ ਤਰ੍ਹਾਂ ਫੜਾਇਆ, ਇਹਦੀ ਦੋਸ਼ੀ ਮੋਦੀ ਸਰਕਾਰ ਆ। ਇਹ ਸਨ ਕਿਸਾਨ ਆਗੂ, ਉਹਨਾਂ ਨੇ ਕਿਹਾ ਵੀ ਅਸੀਂ ਜੋ ਸੜਕਾਂ 'ਤੇ ਰੁੜ ਰਹੇ ਹਾਂ, ਰੋਟੀ ਖਾਣ ਲਈ ਮਜਬੂਰ ਹਾਂ, ਇਸ ਦੀ ਸਿੱਧੇ ਜ਼ਿੰਮੇਵਾਰ ਮੋਦੀ ਸਰਕਾਰ ਆ। ਸਾਡੇ ਨਾਲ ਕਾਰਸੇਵਾ ਵਾਲੇ ਨੇ। ਬਾਬਾ ਜੀ, ਤੁਸੀਂ ਕਿਵੇਂ ਇੱਥੇ ਤੁਸੀਂ ਲੰਗਰ ਲੈ ਕੇ ਪਹੁੰਚੇ? ਅਸੀਂ ਕਿਸਾਨ, ਜਿੱਥੇ ਕਿਸਾਨ ਜਾਏਗਾ ਜੀ, ਸੰਘਰਸ਼ ਕਰੇਗਾ, ਉੱਥੇ ਅਸੀਂ ਵੀ ਲੰਗਰ ਲੈ ਕੇ ਜ਼ਰੂਰ ਜਾਵਾਂਗੇ ਜੀ। ਜਿੰਨਾ ਚਿਰ ਕਿਸਾਨਾਂ ਦਾ ਇਹ ਚੱਲੇਗਾ ਸੰਘਰਸ਼, ਉਨਾ ਚਿਰ ਲੰਗਰ ਚੱਲੇਗਾ ਜੀ। ਇਹ ਸਨ ਕਾਰਸੇਵਾ ਵਾਲੇ ਬਾਬਾ ਜੀ, ਇਹਨਾਂ ਨੇ ਕਿਹਾ ਜਿੰਨਾ ਚਿਰ ਕਿਸਾਨਾਂ ਦਾ ਸੰਘਰਸ਼ ਚੱਲੇਗਾ, ਉਨਾ ਚਿਰ ਅਸੀਂ ਲੰਗਰ ਲੈ ਕੇ ਇੱਥੇ ਪਹੁੰਚਦੇ ਰਹਾਂਗੇ। ਨਾਭਾ ਤੋਂ ਭੁਪਿੰਦਰ ਸਿੰਘ, D5 ਚੈਨਲ ਲਈ। D5 ਚੈਨਲ ਪੰਜਾਬੀ, ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ 'ਤੇ ਕਲਿੱਕ ਕਰੋ।